ਮੈਂ ਪੁਜਾਰੀ ਨਹੀਂ ਲਕਸ਼ਮੀ ਦਾ, ਨਾ ਮੈਂ ਅਮੀਰਾਂ ਨੂੰ ਪੂਜਦਾ ਹਾਂ, ਨਾ ਬਰਛੀਆਂ ਨੂੰ ਪੂਜਦਾ ਹਾਂ, ਨਾ ਸ਼ਮਸ਼ੀਰਾਂ ਨੂੰ ਪੂਜਦਾ ਹਾਂ। ਉਹ ਲੋਕੋ ਕਹਿ ਨਾ ਦਿਓ ਨਾਸਤਿਕ ਮੈਨੂੰ, ਪੂਜਦਾ ਹਾਂ ਗਰੀਬਾਂ ਦੀਆਂ ਜ਼ਮੀਰਾਂ ਨੂੰ ਪੂਜਦਾ। ਅੱਜ ਦੀ ਮਹਿਫਲ ਦੇ ਮੌਜੂਦ ਮਹਿਮਾਨੋ ਜੀ ਆਇਆਂ ਨੂੰ, ਸਾਡੇ ਲਈ ਬੜੀ ਸੁਭਾਗ ਵਾਲੀ ਗੱਲ ਹੈ ਕਿ ਪੰਜਾਬੀ ਦੇ ਦੋ ਮਹਾਨ ਕਲਾਕਾਰ ਅੱਜ ਸਾਡੇ ਸ਼ਹਿਰ ਨੇ। ਮੇਰੇ ਕਹਿਣ ਤੋਂ ਮੁਰਾਦ ਹੈ ਸੁਰਿੰਦਰ ਕੌਰ ਜੀ ਅਤੇ ਆਸਾ ਸਿੰਘ ਮਸਤਾਨਾ ਜੀ, ਜਿਨ੍ਹਾਂ ਨੇ ਪਿਛਲੇ ਕੋਈ 35-37 ਵਰ੍ਹਿਆਂ 'ਚ ਪੰਜਾਬੀ ਜਗਤ ਨੂੰ ਆਪਣੀ ਗਾਇਕੀ ਰਾਹੀਂ ਉਹ ਵਡਮੁੱਲੀਆਂ ਦੇਣਾ ਦਿੱਤੀਆਂ ਹਨ, ਜਿਨ੍ਹਾਂ ਲਈ ਪੰਜਾਬੀ ਸਰੋਤੇਗਣ ਇਹਨਾਂ ਦੇ ਤਹਿ ਦਿਲ ਤੋਂ ਉਮਰਾਂ ਤੱਕ ਧੰਨਵਾਦੀ ਰਹਿਣਗੇ। ਸੋ ਮੇਰਾ ਖਿਆਲ ਹੈ ਤੁਸੀਂ ਅੱਜ ਦਾ ਪ੍ਰੋਗਰਾਮ ਬੜੇ ਆਨੰਦਮਈ ਤਰੀਕੇ ਨਾਲ ਇੰਜੋਏ ਕਰੋਗੇ। ਲਓ ਹੁਣ ਸਾਡਾ ਗਾਇਕੀ ਦਾ ਦੌਰ ਸ਼ੁਰੂ ਹੁੰਦਾ ਹੈ। ਸਭ ਤੋਂ ਪਹਿਲਾਂ ਇੱਕ ਨਾਂ ਜਿਸ ਦਾ ਕੋਈ ਅੱਜ ਤੋਂ ਸਾਡੇ ਕੰਨਾਂ ਨਾਲ ਕੋਈ 37 ਵਰ੍ਹਿਆਂ ਦਾ ਸੰਬੰਧ ਹੈ। ਟੂ ਬੀ ਐਗਜੈਕਟ, 1943 ਦੀ ਸਤੰਬਰ ਦੀ 30 ਤਰੀਕ ਨੂੰ ਉਹਨਾਂ ਨੇ ਪਹਿਲੀ ਵਾਰ ਆਲ ਇੰਡੀਆ ਰੇਡੀਓ ਲਾਹੌਰ ਤੋਂ ਪਹਿਲਾਂ ਉਹਨਾਂ ਨੇ ਗੀਤ ਗਾਇਆ, ਜਦੋਂ ਕਿ ਉਹਨਾਂ ਦੀ ਉਮਰ ਸਿਰਫ 12-13 ਵਰ੍ਹਿਆਂ ਦੀ ਸੀ। ਉਸ ਤੋਂ ਛੇਤੀ ਹੀ ਬਾਅਦ ਉਹਨਾਂ ਨੇ ਫਿਲਮਾਂ 'ਚ ਵੀ ਗਾਇਆ, ਤੁਹਾਨੂੰ ਸ਼ਹੀਦ ਦੇ ਗਾਣੇ ਹਾਲੇ ਤੱਕ ਵੀ ਯਾਦ ਹੋਣਗੇ। ਪਰ ਇੰਨਾ ਨਾਂ ਔਰ ਸ਼ੋਹਰਤ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਨਾਲ ਇੰਨਾ ਲਗਾਓ ਰੱਖਿਆ ਹੈ ਕਿ ਉਹਨਾਂ ਨੇ ਸਭ ਕੁਝ ਛੱਡ ਕੇ ਪੰਜਾਬੀ ਨੂੰ ਸਭ ਤੋਂ ਪਹਿਲੀ ਤਰਜੀਹ ਦਿੱਤੀ ਹੈ। ਤੁਹਾਡੀ ਜਾਣੀ ਪਹਿਚਾਣੀ ਆਵਾਜ਼ ਸੁਰਿੰਦਰ ਕੌਰ। ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਸਾਲ ਵੀ ਆਈ ਸਾਂ, ਐਤਕੀ ਫਿਰ ਮੇਰੇ ਔਰਗਨਾਈਜ਼ਰ ਨੇ ਜਿਹੜੇ ਟੋਰਾਂਟੋ ਦੇ ਇਕਬਾਲ ਮਹਿਲ ਅਸ਼ੋਕ ਪਰਿਹਾਰ, ਉਹਨਾਂ ਨੇ ਫਿਰ ਪ੍ਰੋਗਰਾਮ ਰੱਖਿਆ ਅਤੇ ਅਸੀਂ ਫਿਰ ਰਿਕਾਰਡਿੰਗ ਕਰ ਰਹੇ ਹਾਂ, ਗੀਤ ਪੇਸ਼ ਕਰ ਰਹੀ ਹਾਂ। ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਰਿਕਾਰਡ ਕੀਤਾ ਸੀ, ਉਹਦੇ ਵਿੱਚੋਂ ਇੱਕ ਗਾਣਾ ਪਹਿਲੇ ਪੇਸ਼ ਕਰ ਰਹੀ ਹਾਂ। ਦਿਲ ਸੋਲ ਨਾ ਗੁੱਸੇ ਵਿੱਚ ਬੋਲੀ ਵੇ, ਦਿਲ ਸੋਲ ਨਾ, ਦਿਲ ਸੋਲ ਨਾ ਗੁੱਸੇ ਵਿੱਚ ਬੋਲੀ, ਸੱਜਣਾ ਮੈਂ ਹੱਥ ਜੋੜਦੀ ਵੇ, ਦਿਲ ਸੋਲ ਨਾ ਗੁੱਸੇ ਵਿੱਚ ਬੋਲੀ, ਸੱਜਣਾ ਮੈਂ ਹੱਥ ਜੋੜਦੀ। ਸੱਜਰੀ ਪਰੀ ਤੂੰ ਮੇਰੀ, ਸੱਜਰੇ ਨੇ ਗਜਰੇ, ਰੋਕਿਆ ਬਥੇਰਾ ਰੋਕੇ ਅਥਰੂ ਨਾ ਅਥਰੇ, ਸੱਜਰੀ ਪਰੀ ਤੂੰ ਮੇਰੀ, ਸੱਜਰੇ ਨੇ ਗਜਰੇ, ਰੋਕਿਆ ਬਥੇਰਾ ਰੋਕੇ ਅਥਰੂ ਨਾ ਅਥਰੇ, ਪੈਰਾਂ ਹੇਠ ਨਾ ਫੁੱਲਾਂ ਨੂੰ ਮਧੋਲੀ, ਸੱਜਣਾ ਮੈਂ ਹੱਥ ਜੋੜਦੀ ਵੇ, ਦਿਲ ਸੋਲ ਨਾ ਗੁੱਸੇ ਵਿੱਚ ਬੋਲੀ, ਸੱਜਣਾ ਮੈਂ ਹੱਥ ਜੋੜਦੀ। ਰਤਾ ਤੂੰ ਨਾ ਡੋਲੀ,
सजना मैं हाथ जोड़ दीवे दिल सोलना गुस्से बिच बोली सजना मैं हाथ जोड़ दी सजना मैं हाथ जोड़ दीवे दिल सोल ना गुस्से बिच बोली सजना मैं हाथ जोड़ दीवे दिल।